ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਗਰੇਵਾਲ ਫਾਰਮ ਦੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਮੇਰਾ ਨਾਮ ਆ ਜੀ ਅਜੇ ਪ੍ਰਤਾਪ ਸਿੰਘ ਗਰੇਵਾਲ, ਅਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਆਪਾਂ ਅਚਾਰ ਮੰਗਾਇਆ ਅੱਜ ਸਵੇਰੇ, ਆਪਣਾ ਅਚਾਰ ਆ ਗਿਆ, ਅਤੇ ਕਿਹੜਾ ਅਚਾਰ ਮੰਗਾਇਆ, ਕਿੰਨਾ ਮੰਗਾਇਆ, ਕਿੰਨੀ ਪੈਕਿੰਗ ਆ, ਉਹ ਸਭ ਤੁਹਾਨੂੰ ਦੱਸਦਾ। ਆਪਾਂ ਅਚਾਰ 100 ਕੁਇੰਟਲ ਮੰਗਾਇਆ, ਮੱਕੀ ਦਾ ਅਚਾਰ ਮੰਗਾਇਆ, ਅਤੇ ਇਹ ਇੱਕ ਪੈਕਿੰਗ 4 ਕੁਇੰਟਲ ਦੀ ਆ। ਅਤੇ ਆਪਾਂ ਤਾਂ ਕਰਕੇ ਮੰਗਾਇਆ ਕਿਉਂਕਿ ਕਈ ਵਾਰ ਨਾ ਆਪਣੇ, ਕਈ ਵਾਰ ਬੰਦੇ ਘੱਟ ਆਉਂਦੇ ਨੇ, ਕੱਖ ਘੱਟ ਆਉਂਦਾ ਖੇਤ 'ਚੋਂ, ਤਾਂ ਉਹ ਦੁੱਧ ਦਾ ਕਾਫੀ ਫਰਕ ਪੈਂਦਾ। ਕਈ ਵਾਰ ਮੀਂਹ ਪੈ ਰਿਹਾ, ਹੋਰ ਹੋ ਰਿਹਾ, 100 ਰੀਜ਼ਨ ਹੁੰਦੇ ਨੇ, ਕਈ ਵਾਰ ਕੱਖ ਕੰਡਾ ਘੱਟ ਆਉਂਦਾ, ਤਾਂ ਉਹ ਦਿਨਾਂ 'ਚ ਆਪਾਂ ਜ਼ਿਆਦਾ ਤੂੜੀ ਵੇਸਟ ਕਰਨ ਨਾਲ ਉਹ ਅਚਾਰ ਪਾ ਲਿਆ ਕਰਾਂਗੇ। ਅਚਾਰ ਨਾਲ ਤਾਂ ਦੁੱਧ ਵਧੂਗਾ ਅਤੇ ਨਾਲੇ ਆਪਣੀ ਤੂੜੀ ਵਗੈਰਾ ਬਚੀ ਰਿਹਾ ਕਰੂਗੀ, ਕਿਉਂਕਿ ਤੂੜੀ ਆਪਣੇ ਕੋਲ ਹੁਣ ਬਹੁਤ ਘੱਟ ਆ। ਤਾਂ ਤੂੜੀ ਆਪਾਂ ਨੇ ਆਪਣੀ ਕਣਕ ਤੱਕ ਚਲਾਉਣੀ ਆ, ਅਗਲੀ ਤੂੜੀ ਜਦ ਤੱਕ ਨਹੀਂ ਆਉਂਦੀ ਹੈਗੀ ਉਦੋਂ ਤੱਕ ਆਪਾਂ ਚਲਾਵਾਂਗੇ। ਤਾਂ ਆਪਾਂ ਨੇ ਅਚਾਰ ਮੰਗਾ ਲਿਆ, ਇਹ ਤੂੜੀ ਨਾਲੋਂ ਸਸਤਾ ਵੀ ਆ ਅਤੇ ਵਧੀਆ ਵੀ ਆ, ਦੁੱਧ ਵੀ ਵਧਾਊਗਾ। ਤਾਂ ਆਪਾਂ ਹੁਣ ਸੋਚਿਆ ਵੀ ਦੁੱਧ ਵਾਲੀਆਂ ਮੈਸਾਂ ਨੂੰ ਰਾਤ ਨੂੰ ਆਪਾਂ 2 ਕੁਇੰਟਲ ਪਾ ਦਿਆ ਕਰਾਂਗੇ, 5-5 ਕਿਲੋ ਹਰ ਮੈਸ ਨੂੰ ਪਾ ਦਿਆ ਕਰਾਂਗੇ। ਅਤੇ ਜਿਵੇਂ 100 ਕੁਇੰਟਲ ਹੈਗਾ ਤਾਂ 50 ਦਿਨ 'ਚ ਆਪਣਾ ਚੱਲ ਪਊਗਾ, ਇੱਕ ਪੈਕਿੰਗ ਆਪਣੀ 2 ਦਿਨ ਚੱਲ ਪਿਆ ਕਰੂਗੀ। ਅਤੇ ਇਹੋ ਜਿਹਾ ਦਿਖਦਾ ਜੀ ਮੱਕੀ ਦਾ ਅਚਾਰ। ਅਤੇ ਜਦ ਆਇਆ ਸੀਗਾ ਤਾਂ ਜਦੋਂ ਲੋਡ ਅਨਲੋਡ ਕਰਨ ਲੱਗੇ ਤਾਂ ਸਾਰੇ ਇੱਕ ਦੂਜੇ ਦੇ ਉੱਤੇ ਗਿਰ ਗਏ, ਤਾਂ ਇੱਕ ਪੈਕਿੰਗ ਦੇ ਥੱਲੇ ਨਾ ਥੋੜ੍ਹੀ ਗਲੀ ਹੋ ਗਈ ਅਤੇ ਉੱਥੋਂ ਪਾਣੀ ਨਿਕਲ ਰਿਹਾ ਸੀਗਾ। ਹੁਣ ਮੈਂ ਪੜ੍ਹਿਆ ਸੀਗਾ ਵੀ ਨੈੱਟ 'ਚ ਵੀ ਇਹਨਾਂ 'ਚ 60-70% ਮੋਇਸਚਰ ਹੁੰਦਾ, ਤਾਂ ਉਹ ਸ਼ਾਇਦ ਮਤਲਬ ਇਹਦਾ ਸਾਰਾ ਬੋਝ ਥੱਲੇ ਪੈਣ ਕਰਕੇ ਉਹ ਪਾਣੀ ਚੋ ਰਿਹਾ ਹੈ। ਬਾਕੀ ਤੁਸੀਂ ਕਮੈਂਟਸ 'ਚ ਦੱਸਿਓ ਵੀ ਇਹ ਐਂ ਚੋਣਾ ਚਾਹੀਦਾ ਕਿ ਨਹੀਂ ਚੋਣਾ ਚਾਹੀਦਾ ਹੈਗਾ, ਵੀ ਇਹ ਠੀਕ ਆ ਚਾਰ ਜਾਂ ਕੋਈ ਇਹ 'ਚ ਗੜਬੜ ਹੈਗੀ ਆ, ਅਤੇ ਮੋਇਸਚਰ ਵਗੈਰਾ ਇੰਨਾ ਕੁ ਹੁੰਦਾ ਚਾਰ 'ਚ ਕਿ ਨਹੀਂ। ਬਾਕੀ ਆਪਣੀ ਟਰਾਲੀ ਆ ਜਿਹੜੀ ਆਪਣੀ ਰੋਜ਼ ਹਰੇ ਦੀ ਭਰ ਕੇ ਆਉਂਦੀ ਹੈ, ਪੂਰੀ ਡੱਕ ਕੇ ਲੈ ਕੇ ਆਉਂਦੇ ਹਾਂ। ਅੱਜ ਕੱਲ੍ਹ ਆਪਣੀ ਬਰਸੀਮ ਚੱਲ ਰਹੀ ਹੈ, ਤੋਂ ਪਹਿਲਾਂ ਆਪਣੀ ਜੋਈ ਸੀਗੀ, ਅਤੇ ਬਰਸੀਮ ਆਪਾਂ ਅੱਜ ਕੱਲ੍ਹ ਸਾਰੀ ਖਵਾ ਰਹੇ ਹਾਂ। 3 ਟਾਈਮ ਕੱਖ ਪੈਂਦੇ ਨੇ ਆਪਣੀ ਭੈਣਾਂ ਨੂੰ, ਸਵੇਰੇ ਕੱਖ ਅਤੇ ਥੋੜ੍ਹੀ ਥੋੜ੍ਹੀ, ਅਤੇ ਉੱਤੇ ਖਲ ਵਗੈਰਾ ਲੱਗਦੀ ਆ, ਦੁੱਧ ਦੇ ਹਿਸਾਬ ਨਾਲ ਖਲ ਲਾਉਂਦੇ ਹਾਂ, ਅਤੇ ਖਲ 'ਚ ਆਪਣਾ ਕੈਲਸ਼ੀਅਮ ਅਤੇ ਮਿਨੀ ਮਿਕਸਚਰ ਪਾਇਆ ਹੁੰਦਾ ਤਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ। ਇਹ ਥੋੜ੍ਹੀ ਥੋੜ੍ਹੀ ਜ਼ਿਆਦਾ ਪਾਤੀ ਸੀਗੀ ਇਹਨਾਂ ਨੇ, ਤਾਂ ਤੂੜੀ ਥੋੜ੍ਹੀ ਹਟਵਾ ਰਹੇ ਆ। ਜੇ ਨਾ ਧਿਆਨ ਦੇਈਏ ਤਾਂ ਉਹਨਾਂ ਨੇ 3 ਮਹੀਨੇ ਦੀ ਤੂੜੀ 1 ਮਹੀਨੇ 'ਚ ਹੀ ਖਵਾ ਦੇਣਾ। ਵੀ ਥੋੜ੍ਹਾ ਧਿਆਨ ਦੇਣਾ ਪੈਂਦਾ, ਉਹਨੂੰ ਦੱਸਣਾ ਪੈਂਦਾ ਇਹਦੀ ਕਿ ਪਾਣੀ ਇਹਦੀ ਕਿ ਨਹੀਂ ਪਾਣੀ। ਤਾਂ ਸਵੇਰੇ ਆਪਣੇ ਕੱਖ ਪੈਂਦੇ ਨੇ, ਦੁਪਹਿਰੇ ਪੂਰਾ ਡੱਕ ਕੇ ਕੱਖ ਅਤੇ ਥੋੜ੍ਹੀ ਜਿਹੀ ਤੂੜੀ, ਅਤੇ ਰਾਤ ਨੂੰ ਕੱਖ ਅਤੇ ਤੂੜੀ, ਤਾਂ 3 ਟਾਈਮ ਦੀ ਖੁਰਾਕ ਹੈਗੀ ਆ। ਅਤੇ ਉਹ ਤੋਂ ਬਾਅਦ ਹੁਣ ਰਾਤ ਨੂੰ ਅਚਾਰ ਵੀ ਸਟਾਰਟ ਕਰ ਦਾਂਗੇ, ਕੱਖਾਂ ਦੇ ਵਿੱਚ ਰਲਾ ਕੇ ਅਚਾਰ ਵੀ ਪਾ ਦਿਆ ਕਰਾਂਗੇ। ਸਾਰੀ ਮੈਸਾਂ ਨੂੰ ਕੱਖ ਲੱਗ ਗਏ ਸੀਗੇ, ਪੈ ਗਏ ਸੀਗੇ ਜਦ ਮੈਂ ਆਇਆ ਉੱਥੇ ਵੀਡੀਓ ਬਣਾ ਰਿਹਾ, ਤਾਂ ਹੁਣ ਇਹ ਬਸ ਬੜੀ ਕੱਟੀਆਂ ਕੱਟੀਆਂ ਦੇ ਰਹਿ ਗਏ, ਤਾਂ ਇਹ ਕੱਟੀਆਂ ਵੱਲ ਜਾ ਰਹੇ ਨੇ ਕੱਖ। ਅਤੇ ਆਪਣੀ ਟੋਕੇ ਵਾਲੀ ਮਸ਼ੀਨ ਆ, ਇਹ ਆਪਾਂ ਲੋਕਲ ਹੀ ਲਿਆਉਂਦੇ ਸੀਗੇ, ਤਾਂ ਕਿ ਲੋਕਲ ਜਿਹੜੀ ਆਪਣੇ ਸਪੇਅਰ ਪਾਰਟ ਵਗੈਰਾ ਦੀ ਕੋਈ ਖਰਾਬੀ ਹੈ, ਕੋਈ ਕੁਛ ਆਪਾਂ ਕਹਿ ਦੇ ਕਰਕੇ ਠੀਕ ਕਰ ਦਿੰਦਾ। ਅਤੇ ਇਹਦੇ 2 ਲੀਵਰ ਲੱਗੇ ਹੋਏ ਨੇ, ਇਹ ਹੈਗਾ ਮਤਲਬ ਵੀ ਜੇ ਟੋਕਾ ਵਗੈਰਾ ਫਸ ਜਾਏ ਤਾਂ ਇਹਦਾ ਬੈਕ ਲੀਵਰ ਵੀ ਦਿੱਤਾ ਹੋਇਆ, ਵੀ ਵਾਪਸ ਵੀ ਕੱਢ ਸਕਦਾ, ਬੈਕ ਵੀ ਚੱਲ ਸਕਦੀ ਮਸ਼ੀਨ। ਦੂਜਾ ਲੀਵਰ ਹੈਗਾ ਵੀ ਕੱਖ ਕਿੰਨਾ ਕੁ ਮੋਟਾ ਟੋਕਾ ਕਰਨਾ ਜਾਂ ਪਤਲਾ ਕਰਨਾ, ਉਹਦੇ ਹਿਸਾਬ ਦਾ ਬਰੀਕ ਕਰਨਾ ਜਾਂ ਮੋਟਾ ਕਰਨਾ, ਉਹਦੇ ਹਿਸਾਬ ਦਾ ਹੋ ਜਾਂਦਾ। ਅਤੇ ਆਪਣੇ ਕੱਖ ਅੱਜ ਕੱਲ੍ਹ ਮਤਲਬ ਵੀ ਪੰਡਾਂ ਨਾਲ ਹੀ ਪੈਂਦੇ ਨੇ ਹਲੇ ਫਿਲਹਾਲ, ਤਾਂ ਕਰਕੇ ਆਪਣੇ ਨਾ ਫਾਰਮ 'ਤੇ ਲੇਬਰ ਦੀ ਕਾਫੀ ਲੋੜ ਪੈਂਦੀ ਹੈ, ਕਿਉਂਕਿ ਕਾਫੀ ਬੜਾ ਫਾਰਮ ਹੋ ਗਿਆ, 100+ ਪਸ਼ੂ ਅਤੇ 50+ ਮੈਸਾਂ ਦੇ, 50+ ਉਹਨਾਂ ਦੇ ਕੱਟਰੂ ਵਗੈਰਾ, ਤਾਂ ਇਹ ਹੁਣ ਨਾ ਇਹ ਲੇਬਰ ਸਾਰੀ ਵੇਸਟ ਆ। ਜੇ ਆਪਣੇ ਕੋਲ TMR ਹੁੰਦੀ, TMR ਲੋਡ ਕਰਦੇ ਆਪਣੇ ਖੁਰਲੀਆਂ 'ਚ ਪਾਉਂਦੀ ਚਲੀ ਜਾਂਦੀ, ਕੋਈ ਬੰਦੇ ਦੀ ਲੋੜ ਨਹੀਂ, ਬਸ ਇੱਕ ਡਰਾਈਵਰ ਸਾਰੀ ਜਾਂਦਾ, ਤਾਂ ਹੁਣ ਇੰਨੇ ਬੰਦੇ ਦੀ ਲੋੜ ਆ। ਅਤੇ ਜਦ ਅਚਾਰ ਵੀ ਪੈ ਗਿਆ ਆਪਣਾ ਆਪ ਦਾ, ਇਸ ਸਾਲ ਆਪਾਂ ਆਪ ਦਾ ਵੀ ਤਿਆਰ ਕਰਾਂਗੇ, ਚਰੀ ਦਾ ਅਚਾਰ ਪਾਵਾਂਗੇ, ਅਤੇ ਕੋਸ਼ਿਸ਼ ਕਰਾਂਗੇ ਵੀ ਐਤਕੀ ਪਾਈਏ। ਜੇ ਆਪਣਾ ਅਚਾਰ ਪੈ ਗਿਆ ਤਾਂ ਆਪਣੇ ਬੰਦੇ ਦੀ ਕਾਫੀ ਘੱਟ ਲੋੜ ਪੈ ਜਾਣੀ ਹੈ, ਕਿਉਂਕਿ ਕੱਖ ਵੱਢਣ ਵਾਲੇ 'ਚ ਵੀ 3-4 ਬੰਦੇ ਲੱਗ ਜਾਂਦੇ ਨੇ ਕੱਖ ਵੱਢ ਕੇ ਲੈ ਕੇ ਆਉਣਾ ਇਹਦੇ ਪਸ਼ੂਆਂ ਵਾਸਤੇ। ਤਾਂ ਇਹ ਆਪਣੀ ਕੱਟੀਆਂ ਦੇ ਜਿਹੜੀ ਤਿਆਰ ਹੋ ਰਹੀਆਂ ਨੇ, ਆਲਮੋਸਟ ਤਿਆਰ ਨੇ। 2 ਕੁ ਮਹੀਨੇ ਤੱਕ ਇਹਨਾਂ ਦਾ ਵੇਟ ਵੀ ਥੋੜ੍ਹਾ ਹੋਰ ਵੱਧ ਜੂਗਾ, ਤਾਂ ਇਹਨਾਂ ਨੂੰ ਲਵਾਉਣਾ ਸਟਾਰਟ ਕਰ ਦਾਂਗੇ, ਅਤੇ ਅਗਲੇ ਸਾਲ ਤੱਕ ਇਹ ਸੂਪਣਗੀਆਂ, ਅਤੇ ਫਿਰ ਨਾ 3-4 ਸਾਲ ਕੰਮ ਜਾ ਕੇ ਇੰਨਾ ਵੱਧ ਜਾਂਦਾ, ਜਾਂ ਆਪਣੀ ਕੱਟੀਆਂ ਰਲਣ ਲੱਗ ਜਾਂਦੀਆਂ ਨੇ। ਇਹ ਸਾਰੀ ਆਪਣੀਆਂ ਘਰ ਦੀਆਂ ਕੱਟੀਆਂ ਨੇ, ਕੋਈ ਖਰੀਦੀ ਨਹੀਂ ਹੋਈ, ਕੋਈ ਕੁਛ ਨਹੀਂ ਹੈਗੀਆਂ, ਅਤੇ ਉਮਰ ਸਭ ਦੀ ਅੱਡ ਅੱਡ ਆ, ਅਤੇ ਦੁੱਧ ਤੋਂ ਹਟੀਆਂ ਹੋਈਆਂ ਨੇ। ਅਤੇ ਇਹ ਮੈਸਾਂ ਦੇ ਆਪਣੇ 2 ਸ਼ੈੱਡ ਨੇ, ਤਾਂ ਇਹ ਵਿੱਚ ਰਾਸਤਾ ਰੱਖਿਆ ਹੋਇਆ TMR ਵਾਸਤੇ, ਅੱਗੇ ਜਾ ਕੇ ਲੇਬਰ ਦਾ ਐਨ ਜਿਵੇਂ ਕੰਮ ਘਟਾ ਦੇਣਾ, ਨਾ ਕੱਖ ਵੱਢਣ ਦੀ ਲੋੜ ਆਪਣਾ ਅਚਾਰ ਹੋ ਜਾਣਾ, ਨਾ ਕੱਖ ਪਾਉਣ ਦੀ ਲੋੜ TMR ਨਾਲ ਪਾ ਦਿਆ ਕਰਾਂਗੇ, ਨਾ ਖਲ ਵਗੈਰਾ ਚੱਕ ਕੇ ਲੈ ਕੇ ਜਾਣੀ ਪਊਗੀ 'ਚ ਬੱਚੇ 'ਚ, ਕਿਉਂਕਿ ਸਿੱਧਾ TMR 'ਚ ਪਾ ਕੇ ਉਹ 'ਚ ਪਾਣੀ ਛੱਡ ਦਿਆ ਕਰਾਂਗੇ, ਰਲਾ ਦਿਆ ਕਰਾਂਗੇ, ਉੱਤੇ ਕੱਖ ਪਾ ਕੇ ਐਂਡ ਮਿਕਸ ਕਰਕੇ ਖੁਰਲੀਆਂ 'ਚ ਪੈ ਜਾਇਆ ਕਰੂਗਾ। ਤਾਂ ਅੱਜ ਜਿਹੜਾ ਆਪਣਾ ਬੰਦਾ ਸੀਗਾ ਜਿਹੜਾ ਕੋਲੇ ਵਗੈਰਾ ਸਾਫ਼ ਕਰਨ ਉਹ ਆਇਆ ਨੇ, ਤਾਂ ਅੱਜ ਮੈਨੂੰ ਗਲਵਸ ਪਾਉਣੇ ਪਏ, ਮੈਨੂੰ ਕੋਲੇ ਸਾਫ਼ ਕਰਨੇ ਪਏ। ਤਾਂ ਸਭ ਤੋਂ ਪਹਿਲਾਂ ਤਾਂ ਪਾਣੀ ਕੱਢਤਾ ਕੋਲਿਆਂ 'ਚੋਂ, ਛੋਟੇ ਕੱਟਰੋਂ ਦੇ ਕੋਲੇ ਰੋਜ਼ ਸਾਫ਼ ਕਰਨੇ ਪੈਂਦੇ ਨੇ, ਬਹੁਤ ਗੰਦੇ ਕਰਦੇ ਨੇ, ਵਿੱਚ ਪੈਰ ਪੂਰ ਧਰ ਲੈਂਦੇ ਨੇ, ਹੋਰ ਕਰ ਲੈਂਦੇ, ਤਾਂ ਇਹ ਗੰਦੇ ਹੋਈ ਜਾਂਦੇ ਨੇ। ਤਾਂ ਅੱਜ ਮੈਂ ਸਾਫ਼ ਕੀਤੇ, ਅਤੇ ਕੋਈ ਸ਼ਰਮ ਨਹੀਂ ਹੈਗੀ ਯਾਰ ਆਪਣਾ ਕੰਮ ਕਰਨ 'ਚ। ਤਾਂ ਜੇ ਮੈਂ ਸੋਚਿਆ ਯਾਰ ਵੀ ਮੈਂ ਚੰਡੀਗੜ੍ਹ ਤੋਂ ਪੜ੍ਹ ਕੇ ਆਇਆ, ਮੈਂ ਗੋਹੇ ਵਾਲੇ ਕੋਲੇ ਸਾਫ਼ ਕਰੂੰਗਾ, ਕੋਈ ਚੱਕਰ ਨਹੀਂ ਹੈਗਾ। ਜਿਹੜਾ ਵੀ ਕੰਮ ਕਰ ਰਹੇ ਹੋ, ਜੇ 100% ਦਿਓ, ਠੀਕ ਹੈ ਨਾ, ਆਪਣੇ ਕੰਮ ਨੂੰ ਵਧਾਉਣ ਬਾਰੇ ਸੋਚੋ। ਪਰ ਇਹ ਨਾ ਕਰੋ ਵੀ ਤੁਸੀਂ ਕੰਮ ਸਾਰੀ ਉਮਰ ਵੀ ਕਰਨਾ, ਇਹ ਸਾਰੀ
ਤਾਂ ਹੁਣ ਕੋਲੇ ਸਾਫ਼ ਕਰਕੇ ਵਿੱਚ ਪਾਣੀ ਮਾਰਨਾ ਪੈਂਦਾ, ਕਿਉਂਕਿ ਉਹ ਜੇ ਪਾਣੀ ਆਪਾਂ ਬਾਹਰ ਕੱਢਦੇ ਹਾਂ ਤਾਂ ਗੰਦਾ ਉਹ ਪਾਈਪਾਂ 'ਚ ਫਸ ਜਾਂਦਾ ਗੋਹੇ ਵਾਲਾ ਪਾਣੀ, ਤਾਂ ਜੇ ਪਾਣੀ ਵਾਪਸ ਚਾੜਦੇ ਹਾਂ ਤਾਂ ਉਹੀ ਪਾਣੀ ਵਾਪਸ ਆ ਜਾਂਦਾ ਗੰਦਾ ਹੀ, ਤਾਂ ਪਾਣੀ ਮਾਰ ਕੇ ਉਹ ਸਾਰਾ ਪਾਣੀ ਗੰਦਾ ਪਾਣੀ ਨਿਕਲ ਜਾਂਦਾ। ਉਹ ਤੋਂ ਬਾਅਦ ਨਵਾਂ ਪਾਣੀ ਭਰਦੇ ਹਾਂ। ਹੁਣ ਆਹ ਦੇਖਿਓ ਗੰਦਾ ਪਾਣੀ ਕਿੱਦਾਂ ਨਿਕਲ ਰਿਹਾ, ਅਤੇ ਇਹ ਨਿਕਲ ਰਿਹਾ ਸਾਰਾ ਗੰਦਾ ਪਾਣੀ। ਇਹ ਤੋਂ ਬਾਅਦ ਗੇਟ ਬਲਬ ਨੂੰ ਬੰਦ ਕਰਕੇ ਆਪਾਂ ਨਵਾਂ ਪਾਣੀ ਭਰ ਦਾਂਗੇ। ਇਹ ਕਰਤਾ ਗੇਟ ਬਲਬ ਬੰਦ, ਉੱਤੋਂ ਖੋਲ੍ਹ ਲਈ ਟੈਂਕੀ ਵਾਲਾ ਬਾਲ। ਹੁਣ ਇਹ ਨਵਾਂ ਪਾਣੀ ਕੋਲਿਆਂ 'ਚ ਭਰ ਜੂਗਾ, ਕਟਰੂ ਵਾਲੇ 'ਚ। ਉਹ ਤੋਂ ਬਾਅਦ ਸੋਚਿਆ ਮੈਂ ਕਿ ਮਿਲਦਾ ਹੀ ਹੈ, ਖੁਰਲੀਆਂ 'ਚ ਨਿਗਾਹ ਮਾਰ ਲਾ ਵੀ ਖੁਰਲੀਆਂ ਸਾਫ਼ ਦੇ, ਤਾਂ ਇੱਕ ਖੁਰਲੀ 'ਚ ਥੋੜ੍ਹਾ ਕੱਖ ਜਿਹਾ ਜੰਮਿਆ ਪਿਆ ਸੀਗਾ ਪੁਰਾਣਾ, ਕੱਖ 'ਤੇ ਤੂੜੀ ਗਿੱਲੀ ਜੀ। ਇਹ ਮੈਸਾਂ ਖਾਂਦੀਆਂ ਦੀ ਹੈਗੀਆਂ, ਮੈਸਾਂ ਸਿਆਣੀਆਂ ਹੁੰਦੀਆਂ ਨੇ, ਜਿਹੜਾ ਦਹੀਂ ਕੱਖ ਖਾਣ ਵਾਲਾ ਹੁੰਦਾ ਉਹ ਦਹੀਂ ਖਾਂਦੀਆਂ ਹੈਗੀਆਂ। ਤਾਂ ਮੈਂ ਸੋਚਿਆ ਗਲਵਸ ਤਾਂ ਪਾਈ ਹੋਏ ਨੇ, ਇਹ ਵੀ ਸਾਫ਼ ਕਰ ਦਿੰਦਾ, ਇਹ ਵੀ ਕੱਢ ਦਿੰਦਾ, ਤਾਂ ਇਹ ਕੱਢਤਾ। ਬਾਕੀ ਜਿਵੇਂ ਅੱਜ ਮੈਂ ਕੰਮ ਕਰ ਰਿਹਾ, ਠੀਕ ਹੈ, ਮੈਂ ਕਦੇ ਮਤਲਬ ਹਮੇਸ਼ਾ ਨਹੀਂ ਕਰਨਾ ਹੈਗਾ ਇਹ ਕੰਮ, ਹੌਲੀ ਹੌਲੀ ਆਏ ਕਰ ਲੈਣਾ, ਬੰਦੇ ਟੋਪ ਦੇ ਰੱਖ ਲੈਣਾ ਅਤੇ ਮੈਨੇਜਰ ਰੱਖ ਲੈਣਾ, ਸਵੇਰੇ ਇੱਕ ਗੇੜਾ ਮਾਰਿਆ ਕਰਨਾ, ਮੈਨੇਜਰ ਨੂੰ ਲਿਸਟ ਬਣਾ ਕੇ ਦੇ ਦੇਣੀ ਹੈ, ਮੈਨੇਜਰ ਨਾਲ ਤੁਰੀ ਜਾਇਆ ਕਰੂਗਾ ਵੀ ਅੱਜ ਇਹ ਕੰਮ ਹੋਣੇ ਚਾਹੀਦੇ ਨੇ, ਸ਼ਾਮ ਨੂੰ ਉਹਨੂੰ ਲਿਸਟ ਫੜੋ, ਕੰਮ ਪੁੱਛ ਲਓ ਵੀ ਸਾਰੇ ਕਿਤੇ ਨਹੀਂ ਕਿਤੇ, ਬਸ ਤੁਹਾਡੇ ਮਤਲਬ ਵੀ ਦਿਨ 'ਚ ਸਿਰਫ ਦੋ ਗੇੜੇ ਵੱਜਿਆ ਕਰਨਗੇ, ਅਤੇ ਆਪਣਾ ਟਾਈਮ ਮੈਂ ਨਵੇਂ ਬਿਜ਼ਨਸ ਨੂੰ ਕਿਸੇ ਹੋਰ ਬਿਜ਼ਨਸ ਨੂੰ ਦੇ ਸਕਦਾ। ਮੇਰਾ ਟਾਰਗੇਟ ਹੈਗਾ ਵੀ 6-7 ਬਿਜ਼ਨਸ ਖੋਲ੍ਹਣੇ ਨੇ, ਮਤਲਬ 6-7 ਡਿਫਰੈਂਟ ਟਾਈਪ ਦੀ ਇਨਕਮ ਹੋਣੀ ਚਾਹੀਦੀ ਹੈ ਬੰਦੇ ਨੂੰ। ਤਾਂ ਇੱਕ ਪੈਸਾ ਹੀ ਲਵਾਉਣ ਵਾਲੀ ਸੀਗੀ, ਉਹ ਆਪਾਂ ਲਵਾਈ ਅਤੇ ਝੋਟਾ ਛੱਡਿਆ ਉਹਦੇ 'ਤੇ, ਅਤੇ ਲੱਗ ਗਈ 3-4 ਵਾਰ ਲੱਗ ਗਈ, ਅਤੇ ਵਧੀਆ ਝੋਟੇ ਦਾ ਰਿਜ਼ਲਟ ਜ਼ਿਆਦਾ ਵਧੀਆ ਆਉਂਦਾ ਹੈ। ਆਪਣਾ ਝੋਟਾ ਆਪਾਂ ਖਰੀਦਿਆ ਸੀਗਾ, AI ਕਰਾਉਣ ਨਾਲੋਂ ਝੋਟੇ ਦਾ ਜ਼ਿਆਦਾ ਆਪਣਾ ਮਤਲਬ ਵੀ ਰਿਜ਼ਲਟ ਦਾ ਉਹ ਆ ਪ੍ਰੋਬੇਬਿਲਟੀ ਆ। ਅਤੇ ਬਾਹਰ ਆਪਣੇ ਕੁੰਡੇ ਖੁਰਲੀ ਬਣਾਈ ਹੋਈ ਆ, ਉਹਦੇ 'ਤੇ ਕੁੰਡੇ ਲੱਗੇ ਹੋਏ ਨੇ, ਅਤੇ ਦੋ ਲਾਈਨਾਂ ਨੇ ਆਪਣੀ ਸ਼ੈੱਡ ਦੀਆਂ, ਅਤੇ ਇੱਕ ਲਾਈਨ ਨੂੰ ਬਾਹਰ ਕੱਢ ਦਿੰਦੇ ਰੋਜ਼ ਧੁੱਪ 'ਚ, ਅਤੇ ਦੂਜੀ ਲਾਈਨ ਨੂੰ ਦਵਾਇਆ ਜਾਂਦਾ। ਅਤੇ ਪਹਿਲਾਂ ਆਪਣੇ ਸਾਰੇ ਬੰਦੇ ਨਾ ਕੱਖ ਵੱਢਣ 'ਤੇ ਚੱਲ ਜਾਂਦੇ ਹੁੰਦੇ ਸੀਗੇ, ਘਰ ਕੋਈ ਬੰਦਾ ਰਹਿੰਦਾ ਸੀਗਾ ਤਾਂ ਦਵਾਉਣ ਧਵਾਉਣ ਦਾ ਥੋੜ੍ਹਾ ਸਿਸਟਮ ਜਿਹਾ ਹਿੱਲਿਆ ਹੋਇਆ ਸੀਗਾ। ਹੁਣ ਆਪਾਂ ਇੱਕ ਬੰਦਾ ਹੋਰ ਰੱਖ ਲਿਆ ਕੱਖਾਂ ਵਾਸਤੇ, ਤਾਂ ਇੱਕ ਬੰਦਾ ਜਿਹੜਾ ਆਪਣਾ ਸਭ ਤੋਂ ਪੁਰਾਣਾ ਬੰਦਾ ਇਹ, ਉਹਨੂੰ ਆਪਾਂ ਘਰ ਰੱਖ ਲੈਂਦੇ ਹਾਂ, ਅਤੇ ਇਹ ਮੈਸਾਂ ਵੀ ਕੱਢੀ ਜਾਂਦਾ ਅਤੇ ਦਵਾਈ ਦਵਾਈ ਵੀ ਜਾਂਦਾ, ਤਾਂ ਹੁਣ ਥੋੜ੍ਹਾ ਸਿਸਟਮ ਜਾ ਕੇ ਜ਼ਿਆਦਾ ਵਧੀਆ ਹੋ ਗਿਆ। ਅਤੇ ਹੌਲੀ ਹੌਲੀ ਐਂ ਕਰਾਂਗੇ ਵੀ ਬੰਦੇ ਜਿਹੜੇ ਐਨ ਟੋਪ ਦੇ ਨੇ, ਜਿਹੜੇ ਵਧੀਆ ਕੰਮ ਕਰਨਾ ਚਾਹੁੰਦੇ ਨੇ ਉਹੀ ਰੱਖਾਂਗੇ, ਜਿਹੜੇ ਬੰਦੇ ਫਾਲਤੂ ਦੇ ਮਤਲਬ ਕੋਈ ਲੋੜ ਨਹੀਂ ਹੈਗੀ ਉਹਦੀ ਜਗ੍ਹਾ 'ਤੇ ਮਸ਼ੀਨਰੀ ਲਿਆਵਾਂਗੇ, ਉਹੀ ਆਪਾਂ ਤਨਖਾਹ ਵੀ ਦਿੰਦੇ ਹਾਂ, ਕੰਮ ਕਰ ਵੀ ਦਿੰਦੇ, ਚੱਜ ਨਾਲ ਨਹੀਂ ਕਰਦੇ ਹੈਗੇ। ਪ੍ਰੋਬਲਮ ਸਾਰੇ ਫਾਰਮਸ 'ਚ ਹੁੰਦੀਆਂ ਨੇ, ਮੈਨੂੰ ਵੀ ਆਉਂਦੀਆਂ ਨੇ, ਅਤੇ ਸਿਰਫ ਤੁਸੀਂ ਇਕੱਲੇ ਨਹੀਂ ਹੈਗੇ ਜੇ ਫਾਰਮ ਨਾਲ ਜੁੜੇ ਹੋਏ ਨਾ, ਡੇਅਰੀ ਫਾਰਮਿੰਗ ਦੇ ਕੰਮ ਨਾਲ, ਤਾਂ ਇਹ ਨਾ ਸੋਚੇ ਵੀ ਤੁਹਾਨੂੰ ਹੀ ਸਾਰੇ ਤਕਲੀਫ ਆ ਰਹੀਆਂ ਨੇ, ਜਿੰਨੀਆਂ ਤਕਲੀਫ ਆ ਰਹੀਆਂ ਨੇ ਵਧੀਆ ਨੇ, ਉਹਨਾਂ ਦੇ ਹੱਲ ਲੱਭੋ, ਮਸ਼ੀਨਰੀ ਲੈ ਕੇ ਆਓ ਅਤੇ ਵਧੀਆ ਹੋ ਜੂਗਾ। ਅੱਜ ਮੈਂ ਮੈਸਾਂ ਵਾਲੇ ਕੋਲੇ ਵੀ ਸਾਫ਼ ਕੀਤੇ, ਕਿਉਂਕਿ ਮੈਸਾਂ ਬਾਹਰ ਸੀਗੀਆਂ, ਅਤੇ ਕੱਖ ਵਗੈਰਾ ਵਿੱਚ ਗੇਰ ਲੈਂਦੀ ਹੁੰਦੀ, ਅਤੇ ਸਾਫ਼ ਕਰਨੇ ਹਫ਼ਤੇ ਕੁ ਬਾਅਦ ਜ਼ਰੂਰੀ ਨੇ, ਤਾਂ ਜੇ ਸਾਫ਼ ਕਰ ਰਿਹਾ ਸੀਗਾ। ਅਤੇ ਇਹ ਤੋਂ ਬਾਅਦ ਬਸ ਮੇਰਾ ਕੰਮ ਖਤਮ, ਹੁਣ ਮੈਂ ਸ਼ਾਮ ਨੂੰ ਜਾਊਂਗਾ ਇੱਥੇ, ਅਤੇ ਸ਼ਾਮ ਨੂੰ ਆਪਾਂ ਲੋਡ ਲੋਡ ਕਰਕੇ ਦੁਕਾਨ 'ਤੇ ਜਾਊਂਗਾ ਮੈਂ, ਫਿਰ ਰਾਤ ਨੂੰ ਆ ਕੇ ਇੱਕ ਗੇੜਾ ਹੋਰ ਮਾਰਾਂਗੇ, ਬਸ ਮੇਰਾ ਇੱਦਾਂ ਕੰਮ ਦੇਣ ਦਾ। ਅਤੇ ਆਹ ਸੀਗੀ ਅੱਜ ਦੀ ਵੀਡੀਓ, ਵੀਡੀਓ ਕਿਵੇਂ ਲੱਗੀ ਕਮੈਂਟਸ 'ਚ ਦੱਸਿਓ, ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।